ਹੈਲੋ ਏਵਰੀਵਨ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਇਟਸ ਜੀਕੇ ਗੁਰਜੀ 'ਤੇ। ਦੋਸਤੋ, ਅੱਜ ਦੀ ਵੀਡੀਓ 'ਚ ਆਪਾਂ ਅਵਤਲ ਦਰਪਣ ਨਾਲ ਬਣੇ ਪ੍ਰਤੀਬਿੰਬ ਨੂੰ ਟ੍ਰਿਕ ਦੇ ਨਾਲ ਯਾਦ ਕਰਾਂਗੇ ਟ੍ਰਿਕ ਦੇ ਨਾਲ ਯਾਦ ਕਰਾਂਗੇ ਕਿ ਕਿਸ ਤਰ੍ਹਾਂ ਪ੍ਰਤੀਬਿੰਬ ਬਣਦੇ ਨੇ, ਕਿਸ ਤਰ੍ਹਾਂ ਜਿਹੜੀ ਵਸਤੂ ਦਾ ਸਾਈਜ਼ ਉਹ ਘੱਟ ਵੱਧ ਹੁੰਦਾ ਰਹਿੰਦਾ। ਇਸ ਵਿੱਚ ਕੀ ਨੇ, ਟੋਟਲ 6 ਕੇਸ ਬਣਦੇ ਨੇ, ਉਹ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਗਜ਼ਾਮ ਵਿੱਚ ਡਾਇਰੈਕਟ ਕੁਸ਼ਚਨ ਪੁੱਛਿਆ ਜਾਂਦਾ ਹੈ ਇਸ ਤੋਂ। ਸਭ ਤੋਂ ਪਹਿਲਾਂ ਆਪਾਂ ਨੂੰ ਦਰਪਣ ਦੇ ਬਾਰੇ ਪਤਾ ਹੋਣਾ ਚਾਹੀਦਾ, ਤਾਂ ਇੱਕ ਦਰਪਣ ਦੇ ਬਾਰੇ ਗੱਲ ਕਰੀਏ ਤਾਂ ਗੋਲਾਕਾਰ ਦਰਪਣ ਇਸ ਤਰ੍ਹਾਂ ਦਾ ਬਣਿਆ ਹੁੰਦਾ, ਕੱਚ ਦਾ ਗੋਲ ਲੱਟੂ ਦੀ ਤਰ੍ਹਾਂ, ਅਤੇ ਆ ਹੁੰਦਾ ਜੀ ਇਸਦਾ ਸੈਂਟਰ ਆਫ ਕਨਵੇਚਰ, ਅਤੇ ਇਹਨੂੰ ਕਹਿੰਦੇ ਨੇ ਰੇਡੀਅਸ। ਇਸ ਦੇ ਅੱਗੇ ਦੋ ਟਾਈਪ ਹੁੰਦੇ ਨੇ, ਜੇਕਰ ਆਪਾਂ ਇਹਨੂੰ ਕੱਟ ਦਈਏ ਇਸ ਤਰ੍ਹਾਂ ਸੈਂਟਰ 'ਚੋਂ, ਤਾਂ ਦੋ ਤਰ੍ਹਾਂ ਦੇ ਜਿਹੜੇ ਦਰਪਣ ਬਣਦੇ ਨੇ। ਫਸਟ ਬਣਦਾ ਜੀ ਉੱਤਲ ਦਰਪਣ, ਸੈਕਿੰਡ ਹੁੰਦਾ ਹੈ ਉੱਤਲ ਦਰਪਣ। ਉੱਤਲ ਅਵਤਲ ਦਰਪਣ ਦੀ ਸ਼ੇਪ ਹੁੰਦੀ ਹੈ ਇਸ ਤਰ੍ਹਾਂ, ਉੱਤਲ ਦਰਪਣ ਦੀ ਜਿਹੜੀ ਸ਼ੇਪ ਹੋਵੇਗੀ ਉਹ ਇਸ ਤਰ੍ਹਾਂ ਹੋਵੇਗੀ। ਇੰਗਲਿਸ਼ 'ਚ ਇਹਨੂੰ ਬੋਲਦੇ ਨੇ ਕਨਕੇਵ ਮਿਰਰ, ਆ ਹੁੰਦਾ ਜੀ ਕਨਵੈਕਸ ਮਿਰਰ। ਯਾਦ ਕਿਵੇਂ ਕਰਨਾ ਹੈ, ਇੱਕ ਯਾਦ ਕਰ ਲਓ ਬਸ ਤੁਸੀਂ, ਦੂਜਾ ਯਾਦ ਹੋ ਜਾਏਗਾ। ਜਿਵੇਂ ਲਿਖਿਆ ਹੈ ਕਨਕੇਵ, ਤਾਂ ਇਸਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਗੁਫਾ ਦੀ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਕੇਵ ਦੀ ਤਰ੍ਹਾਂ ਇਸ ਤਰ੍ਹਾਂ ਬਣਿਆ ਹੋਵੇਗਾ। ਇਸ ਤੋਂ ਯਾਦ ਰਹੇਗਾ ਕਨਕੇਵ ਮਿਰਰ ਯਾਨੀ ਕਿ ਅਵਤਲ ਦਰਪਣ, ਅਤੇ ਦੂਜਾ ਹੋਵੇਗਾ ਕਨਵੈਕਸ ਉੱਤਲ ਦਰਪਣ। ਹੁਣ ਪਹਿਲਾਂ ਇੱਕ ਇੱਕ ਕਰਕੇ ਇਹਨਾਂ ਦੋਵਾਂ ਬਾਰੇ ਪੜ੍ਹੀਏ, ਫਿਰ ਆਪਾਂ ਆਪਣੀ ਜਿਹੜੀ ਟ੍ਰਿਕ ਵੱਲ ਚੱਲਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਉੱਤਲ ਦਰਪਣ ਬਾਰੇ। ਉੱਤਲ ਦਰਪਣ, ਉੱਤਲ ਦਰਪਣ ਕੀ ਹੁੰਦਾ ਜੀ, ਇਹ ਇੱਕ ਅਜਿਹੇ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦਾ ਬਾਹਰਲਾ ਪਾਸਾ ਪਰਿਵਰਤਕ ਹੁੰਦਾ ਹੈ। ਉੱਤਲ ਦਰਪਣ ਇਸ ਤਰ੍ਹਾਂ ਇੱਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਜਿਸਦਾ ਬਾਹਰਲਾ ਪਾਸਾ ਜਿਹੜਾ ਹੁੰਦਾ ਕੀ ਇਹਦਾ ਪਰਿਵਰਤਕ ਹੁੰਦਾ, ਜਿਵੇਂ ਇੱਧਰ ਜਿਵੇਂ ਲਾਈਟ ਆਵੇਗੀ ਇਸ ਤਰ੍ਹਾਂ, ਤਾਂ ਉਹ ਪਰਿਵਰਤਿਤ ਹੋ ਕੇ ਇਸ ਤਰ੍ਹਾਂ ਗੁਜ਼ਰੇਗੀ। ਜਿਹੜਾ ਉੱਤਲ ਦਰਪਣ ਦਾ ਬਾਹਰਲਾ ਪਾਸਾ ਜਿਹੜਾ ਪਰਿਵਰਤਕ ਹੁੰਦਾ। ਹੁਣ ਡਾਇਗਰਾਮ ਨਾਲ ਬਣਾ ਦਿੰਦੇ ਹਾਂ। ਇਸ ਤਰ੍ਹਾਂ ਆ ਹੁੰਦੀ ਜੀ ਪ੍ਰਿੰਸੀਪਲ ਐਕਸਿਸ, ਇਹਨੂੰ ਕਹਿੰਦੇ ਨੇ ਪੋਲ, ਆ ਜਿਹੜਾ ਸੈਂਟਰ ਹੁੰਦਾ ਆ ਹੁੰਦਾ ਪੋਲ। ਜੇਕਰ ਆਪਾਂ ਇਹਨੂੰ ਕੰਪਲੀਟ ਕਰੀਏ ਇਸ ਤਰ੍ਹਾਂ, ਆ ਹੋ ਜਾਏਗਾ ਜੀ ਇਸਦਾ ਸੈਂਟਰ, ਸੈਂਟਰ ਆਫ ਕਰਵੇਚਰ ਹੋ ਜਾਏਗਾ ਇਸ ਤਰ੍ਹਾਂ। ਹਾਂਜੀ, ਉਸ ਤੋਂ ਬਾਅਦ ਜਿਹੜੀ ਪੀ ਤੋਂ ਡਿਸਟੈਂਸ ਲੈ ਕੇ ਸੀ ਤੱਕ ਜਿਹੜਾ ਡਿਸਟੈਂਸ ਹੁੰਦਾ ਹੈ, ਪੀ ਤੋਂ ਲੈ ਕੇ ਸੀ ਤੱਕ ਦਾ ਜਿਹੜਾ ਡਿਸਟੈਂਸ ਹੁੰਦਾ ਹੈ ਉਹਨੂੰ ਕਹਿੰਦੇ ਨੇ ਰੇਡੀਅਸ। ਰੇਡੀਅਸ ਅਤੇ ਇਹਨਾਂ ਦੇ ਵਿਚਕਾਰ ਹੁੰਦਾ ਜੀ ਫੋਕਸ। ਫੋਕਸ ਕੀ ਹੁੰਦਾ ਹੈ, ਐਫ ਅਤੇ ਜਿਹੜਾ ਪੀ ਦਾ ਡਿਸਟੈਂਸ ਹੁੰਦਾ ਹੈ, ਐਫ ਅਤੇ ਪੀ ਦਾ ਡਿਸਟੈਂਸ ਉਹਨੂੰ ਕੀ ਕਹਿੰਦੇ ਨੇ ਫੋਕਸ। ਫੋਕਸ ਤਾਂ ਫੋਕਸ ਦੂਰੀ ਦਾ ਜਿਹੜਾ ਫੋਰਮੂਲਾ ਕੀ ਬਣ ਗਿਆ, ਆਰ ਬਾਏ 2।
ਜੇਕਰ ਆਪਾਂ ਪੂਰੇ ਰੇਡੀਅਸ ਦਾ ਅੱਧਾ ਕਰ ਦਈਏ ਤਾਂ ਕੀ ਆ ਜਾਏਗੀ ਫੋਕਸ ਦੂਰੀ। ਆ ਤੁਸੀਂ ਯਾਦ ਰੱਖਣਾ ਇਸ ਤੋਂ ਕੀ ਹੈ, ਛੋਟੇ ਛੋਟੇ ਜਿਹੜੇ ਨਿਊਮੈਰੀਕਲ ਪੁੱਛੇ ਜਾਂਦੇ ਨੇ ਅਤੇ ਇਸ ਪਾਰਟ ਤੋਂ ਲੈ ਕੇ ਜਿਵੇਂ ਇਹਨੂੰ M1 ਮੰਨ ਲਈਏ ਅਤੇ ਆ M2, ਇਹਨੂੰ ਕਹਿੰਦੇ ਨੇ ਜੀ ਅਪਾਰਚਰ। M1 ਪਲੱਸ M2 ਇਹਨੂੰ ਕਹਿੰਦੇ ਨੇ ਅਪਾਰਚਰ। ਹਾਂਜੀ, ਉਸ ਤੋਂ ਬਾਅਦ ਉੱਤਲ ਦਰਪਣ ਦੇ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹ ਆਪਾਂ ਕਰ ਲਈਏ। ਜਿਵੇਂ ਫਸਟ ਪੁਆਇੰਟ ਹੈਗਾ, ਇਸ ਦੀ ਫੋਕਸ ਦੂਰੀ ਰਿਣਾਤਮਕ ਹੁੰਦੀ ਹੈ, ਇਸ ਤਰ੍ਹਾਂ ਇਹਦੀ ਫੋਕਸ ਦੂਰੀ ਹੋਵੇਗੀ, ਫੋਕਸ ਦੂਰੀ ਉਹ ਕੀ ਹੋਵੇਗੀ ਨੈਗੇਟਿਵ। ਸੈਕਿੰਡ ਪੁਆਇੰਟ ਕੀ ਹੈਗਾ, ਇਸ ਵਿੱਚ ਵਸਤੂ ਅਤੇ ਫੋਕਸ ਦਰਪਣ ਦੇ ਉਲਟ ਪਾਸੇ ਬਣਦੇ ਨੇ। ਜਿਵੇਂ ਇਸ ਸਾਈਡ ਵਸਤੂ ਪਈ ਹੈ ਤਾਂ ਕੀ ਹੈ, ਇਹਦਾ ਜਿਹੜਾ ਪ੍ਰਤੀਬਿੰਬ ਹੈ ਅਤੇ ਫੋਕਸ ਹੈ ਉਹ ਵਸਤੂ ਦੇ ਉਲਟ ਪਾਸੇ ਬਣੇਗਾ, ਇਸ ਤਰ੍ਹਾਂ ਫੋਕਸ ਤੇ ਇਕੱਠਾ ਹੋ ਕੇ ਕੀ ਹੈਗਾ। ਇਸ ਵਿੱਚ ਵਸਤੂ ਅਤੇ ਫੋਕਸ ਦਰਪਣ ਦੇ ਉਲਟ ਹੋਵੇਗਾ, ਦਰਪਣ ਦੇ ਉਲਟ ਪਾਸੇ। ਨੈਕਸਟ ਕੀ ਹੈਗਾ ਜੀ, ਇਸ ਵਿੱਚ ਸਿਰਫ ਆਭਾਸੀ ਪ੍ਰਤੀਬਿੰਬ ਜਿਹੜੇ ਬਣਨਗੇ, ਆਹ ਸੈਕਿੰਡ ਪੁਆਇੰਟ ਹੈਗਾ ਜੀ। ਥਰਡ ਕੀ ਹੈਗਾ, ਇਸ ਵਿੱਚ ਸਿਰਫ ਆਭਾਸੀ ਜਿਹੜੇ ਪ੍ਰਤੀਬਿੰਬ ਬਣਨਗੇ। ਨੈਕਸਟ ਪੁਆਇੰਟ ਕੀ ਹੈਗਾ, ਇਸ ਵਿੱਚ ਸਾਰੇ ਪ੍ਰਤੀਬਿੰਬ ਵਸਤੂ ਤੋਂ ਛੋਟੇ ਬਣਦੇ ਨੇ, ਇਸ ਵਿੱਚ ਸਾਰੇ ਪ੍ਰਤੀਬਿੰਬ ਮਤਲਬ ਕਿ ਜਿੰਨੀ ਵੀ ਇਮੇਜ ਬਣੇਗੀ ਉਹ ਸਾਰੀ ਵਸਤੂ ਤੋਂ ਛੋਟੀ ਹੋਵੇਗੀ, ਛੋਟੀ ਜਿਹੜੀ ਬਣੇਗੀ। ਇਹ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉੱਤਲ ਦਰਪਣ ਬਾਰੇ। ਨੈਕਸਟ ਆਪਾਂ ਪੜ੍ਹਦੇ ਹਾਂ ਅਵਤਲ ਦਰਪਣ ਬਾਰੇ। ਹਾਂਜੀ, ਨੈਕਸਟ ਆਉਂਦਾ ਹੈ ਅਵਤਲ ਦਰਪਣ। ਅਵਤਲ ਦਰਪਣ ਉਹ ਇਸ ਤਰ੍ਹਾਂ ਬਣੇਗਾ ਕੁਝ। ਆ ਹੋ ਜਾਏਗਾ ਜੀ ਪੋਲ, ਇਸ ਸਾਈਡ ਇਸ ਦਾ ਬਣੇਗਾ ਸੈਂਟਰ, ਸੈਂਟਰ ਆਫ ਕਨਵੈਚਰ। ਉਸ ਤੋਂ ਬਾਅਦ ਸੈਂਟਰ ਤੋਂ ਲੈ ਕੇ ਪੋਲ ਤੱਕ ਜਿਹੜੀ ਦੂਰੀ ਹੁੰਦੀ ਹੈ ਉਹ ਹੁੰਦੀ ਹੈ ਰੇਡੀਅਸ। ਆਹ ਜਿਹੜਾ ਡਿਸਟੈਂਸ ਹੁੰਦਾ ਹੈ ਉਹ ਹੁੰਦਾ ਹੈ ਰੇਡੀਅਸ, ਅਤੇ ਇਸ ਦਾ ਜਿਹੜਾ ਹਾਫ ਹੋਵੇਗਾ ਹੋ ਜਾਏਗਾ ਜੀ ਫੋਕਸ, ਇਸ ਤਰ੍ਹਾਂ। ਅਵਤਲ ਦਰਪਣ ਬਾਰੇ ਕੀ ਹੈਗਾ, ਅਵਤਲ ਦਰਪਣ ਇੱਕ ਅਜਿਹੇ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਜਿਸ ਦਾ ਜਿਹੜਾ ਅੰਦਰਲਾ ਪਾਸਾ ਪਰਿਵਰਤਕ ਹੁੰਦਾ, ਆਹ ਪਾਸਾ ਜਿਹੜਾ ਹੁੰਦਾ ਪਰਿਵਰਤਕ ਹੋਵੇਗਾ। ਜਿਵੇਂ ਲਾਈਟ ਇਸ ਸਾਈਡ ਆਵੇਗੀ ਤਾਂ ਉਹ ਪਰਿਵਰਤਿਤ ਹੋ ਕੇ ਇਸ ਤਰ੍ਹਾਂ ਗੁਜ਼ਰੇਗੀ ਫੋਕਸ ਵਿੱਚੋਂ, ਜਾਂ ਫਿਰ ਜਿਵੇਂ ਆਪਾਂ ਓਬਜੈਕਟ ਦੀ ਜਿਹੜੀ ਪੋਜੀਸ਼ਨ ਚੇਂਜ ਕਰੀਏ ਤਾਂ ਇਸ ਤਰ੍ਹਾਂ ਅੱਗੇ ਸੈਂਟਰ ਵਿੱਚੋਂ ਜਾਂ ਫਿਰ ਹੋਰ ਇਸ ਤਰ੍ਹਾਂ ਜਿਹੜੀ ਪਾਸ ਹੋਵੇਗੀ। ਨੈਕਸਟ ਕੀ ਇਹਦੇ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਅਵਤਲ ਦਰਪਣ ਦੇ, ਓਕੇ ਫਸਟ ਕੀ ਹੈਗਾ, ਇਸ ਦੀ ਫੋਕਸ ਦੂਰੀ ਜਿਹੜੀ ਕੀ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ, ਫੋਕਸ ਦੂਰੀ ਪੋਜ਼ਿਟਿਵ ਹੁੰਦੀ ਹੈ। ਨੈਕਸਟ ਪੁਆਇੰਟ ਇਹਦਾ ਕੀ ਹੈਗਾ, ਇਸ ਵਿੱਚ ਵਸਤੂ ਅਤੇ ਫੋਕਸ ਦਰਪਣ ਦੇ ਇੱਕ ਪਾਸੇ ਬਣਦੇ ਨੇ, ਆਹ ਤੁਸੀਂ ਵੇਖ ਰਹੇ ਹੋ ਇਸਦਾ ਜਿਹੜਾ ਕੀ ਹੈ ਫੋਕਸ ਅਤੇ ਜਿਹੜੀ ਵਸਤੂ ਦੀ ਜਿਹੜੀ ਇਮੇਜ ਬਣੇਗੀ ਉਹ ਇੱਕ ਪਾਸੇ ਬਣੇਗੀ।
वस्तु अते फोकस दर्पण दे एक पासे बनेगा। नेक्स्ट जड़ा पॉइंट है कि है कहता इस जी वास्तविक तो उल्टा प्रतिबिंब बनता है, प्रतिबिंब वास्तविक अते उल्टा बनता है। कदों बनता है? जदों वस्तु फोकस तो दूर रखी हो, जदों वस्तु फोकस तो दूर रखी हो। लास्ट जिहड़ा इंपोर्टेंट पॉइंट हैगा इस विच आभासी अते सीधा प्रतिबिंब बनता है जदों वस्तु फोकस दे अंदर रखी हुई। इस विच आभासी अते सीधा प्रतिबिंब बनता है जदों वस्तु फोकस दे अंदर रखी हुई। हुण आपां जिहड़ा ट्रिक करांगे उस तों जिहड़ियां सारियां गल्लां तुहानूं याद हो जाणगियां, पर ट्रिक करांगे कि जिन्ने केस बनदे ने 6 केस बनदे ने जी अवतल दर्पण विच, वस्तु दी आपां पोजिशन चेंज करके वेखांगे कि जिहड़ा साइज़ है उह किन्ना बनेगा ते कित्थे बनेगा। करदे हां जी आपणी ट्रिक। ਹਾਂਜੀ ਆਹ ਹੈਗਾ ਜੀ ਅਵਤਲ ਦਰਪਣ, ਅਵਤਲ ਦਰਪਣ ਇਸ ਪੁਆਇੰਟ ਨੂੰ ਕਹਿੰਦੇ ਨੇ, ਪੁਆਇੰਟ ਪੀ ਹੁੰਦਾ ਹੈ, ਧਰੁਵ ਆਪਾਂ ਕਹਿੰਦੇ ਇਹਨੂੰ। ਉਸ ਤੋਂ ਬਾਅਦ ਇੱਥੇ ਹੁੰਦਾ ਪੁਆਇੰਟ ਐਫ ਫੋਕਸ, ਉਸ ਤੋਂ ਬਾਅਦ ਇੱਥੇ ਹੁੰਦਾ ਇਹਦਾ ਪੁਆਇੰਟ ਸੀ ਸੈਂਟਰ, ਜਾਂ ਫਿਰ ਉਹਨੂੰ ਪੰਜਾਬੀ 'ਚ ਕਹਿੰਦੇ ਨੇ ਵਕਰਤਾ ਕੇਂਦਰ। ਉਸ ਤੋਂ ਬਾਅਦ ਆਹ ਪੁਆਇੰਟ ਹੁੰਦਾ ਜੀ ਇਨਫਿਨਿਟੀ ਅਨੰਤ, ਜਿੱਥੋਂ ਜਿਹੜੀ ਲਾਈਟ ਹੈ ਜਾਂ ਫਿਰ ਜਿੱਥੇ ਆਪਾਂ ਵਸਤੂ ਰੱਖਦੇ ਹਾਂ, ਤਾਂ ਇਹ ਪੁਆਇੰਟ ਜਿਹੜੇ ਯਾਦ ਕਰਨੇ ਆ। ਉਸ ਤੋਂ ਇਲਾਵਾ ਇਹਨਾਂ ਵਿਚਲੇ ਜਿਹੜੇ ਮਿਡਲ ਪੁਆਇੰਟ, ਹਾਂਜੀ ਇਸ ਤੋਂ ਬਾਅਦ ਜਿਹੜੇ ਦੋ ਪੁਆਇੰਟ ਨੇ ਇੰਪੋਰਟੈਂਟ ਤੁਸੀਂ ਯਾਦ ਰੱਖਣੇ ਆ, ਜੇਕਰ ਕਿਸੇ ਵਸਤੂ ਦਾ ਜਿਹੜਾ ਪਰਤੀ ਹੋਇਆ ਪ੍ਰਤੀਬਿੰਬ ਉਹ ਜੇਕਰ ਵਾਸਤਵਿਕ ਹੋਵੇ ਤਾਂ ਉਹ ਕੀ ਬਣੇਗਾ? ਉਲਟਾ। ਤੇ ਜੇਕਰ ਕਿਸੇ ਵਸਤੂ ਦਾ ਪ੍ਰਤੀਬਿੰਬ ਆਭਾਸੀ ਹੋਵੇ ਉਹ ਬਣੇਗਾ ਜੀ ਸਿੱਧਾ। ਆ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ, ਫਿਰ ਤੋਂ ਰਿਪੀਟ ਕਰਦਾ, ਜੇਕਰ ਵਸਤੂ ਦਾ ਪ੍ਰਤੀਬਿੰਬ ਵਾਸਤਵਿਕ ਹੋਵੇ ਤਾਂ ਉਲਟਾ ਬਣੇਗਾ, ਜੇਕਰ ਆਭਾਸੀ ਹੋ ਤਾਂ ਸਿੱਧਾ ਬਣੇਗਾ। ਹਾਂਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ, ਇੱਥੋਂ ਤੁਸੀਂ ਨੰਬਰਿੰਗ ਕਰਨੀ ਸਟਾਰਟ ਕਰ ਦੇਣੀ ਹੈ। ਨੰਬਰ 1 ਇੱਥੇ ਪਾ ਦੇਣਾ, ਉਸ ਤੋਂ ਬਾਅਦ ਇੱਥੇ ਨੰਬਰ 2, ਇੱਥੇ ਨੰਬਰ 3, 4, 5 ਅਤੇ 6, ਇਸ ਤਰ੍ਹਾਂ ਤੁਸੀਂ ਨੰਬਰ ਪਾ ਲੈਣੇ ਆ। ਉਸ ਤੋਂ ਬਾਅਦ ਕੀ ਕਰਨਾ, 6 ਨੂੰ ਛੱਡ ਕੇ ਐਫ ਦੇ
ਹੇਠਾਂ ਉਲਟ ਆਪਣਾ ਗਿਣਤੀ ਜਿਹੜੀ ਸਟਾਰਟ ਕਰ ਦੇਣੀ ਹੈ। ਮਤਲਬ ਇਸ ਤਰ੍ਹਾਂ ਜਿਵੇਂ ਇੱਥੋਂ ਇੱਕ, ਇੱਥੇ ਦੋ, ਇੱਥੇ ਤਿੰਨ, ਇੱਥੇ ਚਾਰ ਅਤੇ ਇੱਥੇ ਪੰਜ। ਛੇ ਨੂੰ ਆਪਾਂ ਛੱਡ ਕੇ ਫਿਰ ਇਫ ਦੇ ਹੇਠਾਂ ਜਿਵੇਂ ਸਟਾਰਟ ਕਰ ਦੇਣੀ ਹੈ, ਇੱਕ ਤੋਂ ਇੱਕ, ਦੋ, ਤਿੰਨ, ਚਾਰ, ਪੰਜ, ਛੇ ਨੂੰ ਛੱਡ ਕੇ। ਉਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ, ਜਿਵੇਂ ਫਸਟ ਕੀ ਹੈ, ਜੇਕਰ ਜਿਹੜੀ ਵਸਤੂ ਦੀ ਪੋਜੀਸ਼ਨ ਹੋਵੇਗੀ ਇਨਫਿਨਿਟੀ 'ਤੇ, ਜੇਕਰ ਵਸਤੂ ਦੀ ਪੋਜੀਸ਼ਨ ਇਨਫਿਨਿਟੀ 'ਤੇ ਹੋਵੇਗੀ ਤਾਂ ਉਹਦਾ ਜਿਹੜਾ ਕੀ ਹੈ ਪ੍ਰਤੀਬਿੰਬ ਕਿੱਥੇ ਬਣੇਗਾ, ਉਹਦਾ ਪ੍ਰਤੀਬਿੰਬ ਬਣੇਗਾ ਜੀ ਐਫ ਦੇ ਉੱਤੇ। ਜੇਕਰ ਵਸਤੂ ਦੀ ਪੋਜੀਸ਼ਨ ਹੋਵੇਗੀ ਅਨੰਤ 'ਤੇ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਬਣੇਗਾ ਉਹ ਬਣੇਗਾ ਐਫ ਦੇ ਉੱਤੇ। ਅਤੇ ਜਿਹੜਾ ਪ੍ਰਤੀਬਿੰਬ ਦਾ ਸਾਈਜ਼, ਪ੍ਰਤੀਬਿੰਬ ਦਾ ਜਿਹੜਾ ਸਾਈਜ਼ ਹੋਵੇਗਾ ਉਹ ਹੋਵੇਗਾ ਜੀ ਬਹੁਤ ਛੋਟਾ, ਬਹੁਤ ਛੋਟਾ। ਯਾਨੀ ਕਿ ਇਸ ਤਰ੍ਹਾਂ ਜਿਵੇਂ ਆਪਾਂ ਡੋਟ ਪਾਈਏ, ਇਸ ਤਰ੍ਹਾਂ ਹੋਵੇਗਾ ਬਹੁਤ ਛੋਟਾ, ਨਾ ਦੇ ਬਰਾਬਰ ਆਪਾਂ ਕਹਿ ਸਕਦੇ ਹਾਂ, ਬਹੁਤ ਛੋਟਾ ਸਾਈਜ਼ ਹੋਵੇਗਾ। ਅਤੇ ਉਹਦੀ ਜਿਹੜੀ ਨੇਚਰ ਦੀ ਗੱਲ ਕਰੀਏ ਤਾਂ ਨੇਚਰ ਕੀ ਹੋਵੇਗਾ, ਵਾਸਤਵਿਕ ਅਤੇ ਉਲਟਾ, ਵਾਸਤਵਿਕ ਅਤੇ ਉਲਟਾ। ਨੈਕਸਟ ਆਪਾਂ ਗੱਲ ਕਰੀਏ, ਜੇਕਰ ਪੋਜੀਸ਼ਨ ਹੋਵੇ ਇਨਫਿਨਿਟੀ ਅਤੇ ਸੈਂਟਰ ਦੇ ਵਿਚਕਾਰ, ਵਸਤੂ ਦੀ ਪੋਜੀਸ਼ਨ ਹੋਵੇ ਅਨੰਤ ਅਤੇ ਜਿਹੜੇ ਸੈਂਟਰ ਆਫ ਕਨਵੈਚਰ ਦੇ ਵਿਚਕਾਰ, ਯਾਨੀ ਕਿ ਦੋ ਨੰਬਰ 'ਤੇ, ਤਾਂ ਜਿਹੜਾ ਹੁੰਦਾ ਪ੍ਰਤੀਬਿੰਬ ਕਿੱਥੇ ਬਣੇਗਾ, ਪ੍ਰਤੀਬਿੰਬ ਬਣੇਗਾ ਸੈਂਟਰ ਅਤੇ ਫੋਕਸ ਦੇ ਵਿਚਕਾਰ। ਪ੍ਰਤੀਬਿੰਬ ਕਿੱਥੇ ਬਣੇਗਾ, ਸੈਂਟਰ ਅਤੇ ਫੋਕਸ ਦੇ ਵਿਚਕਾਰ। ਨੈਕਸਟ ਆਪਾਂ ਗੱਲ ਕਰੀਏ, ਜੇਕਰ ਵਸਤੂ ਸੈਂਟਰ 'ਤੇ ਪਈ ਹੋਵੇ, ਸੈਂਟਰ 'ਤੇ ਪਈ ਹੋਵੇ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਬਣੇਗਾ ਉਹ ਕਿੱਥੇ ਬਣੇਗਾ, ਸੈਂਟਰ ਦੇ ਹੀ ਉੱਤੇ ਬਣੇਗਾ। ਜੇਕਰ ਸੈਂਟਰ 'ਤੇ ਹੋਵੇ ਤਾਂ ਸਾਈਜ਼ ਕੀ ਹੋਵੇਗਾ, ਉਹਨਾਂ ਦਾ ਸਾਈਜ਼ ਵੀ ਬਰਾਬਰ ਹੋਵੇਗਾ, ਸਾਈਜ਼ ਜਿਹੜਾ ਕੀ ਹੈ ਬਰਾਬਰ ਹੋਵੇਗਾ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ, ਜੇਕਰ ਵਸਤੂ ਪਈ ਹੋਵੇ ਸੈਂਟਰ ਅਤੇ ਫੋਕਸ ਦੇ ਵਿਚਕਾਰ, ਯਾਨੀ ਕਿ ਚਾਰ ਨੰਬਰ 'ਤੇ, ਤਾਂ ਜਿਹੜਾ ਉਹਦਾ ਪ੍ਰਤੀਬਿੰਬ ਕਿੱਥੇ ਬਣੇਗਾ, ਸੈਂਟਰ ਅਤੇ ਇਨਫਿਨਿਟੀ ਦੇ ਵਿਚਕਾਰ। ਇਸ ਦੇ ਉਲਟ ਇਸ ਤਰ੍ਹਾਂ, ਜੇਕਰ ਉਹਦਾ ਵਸਤੂ ਪਈ ਹੋਵੇ ਸੈਂਟਰ ਅਤੇ ਫੋਕਸ ਦੇ ਵਿਚਕਾਰ ਤਾਂ ਉਹਦਾ ਪ੍ਰਤੀਬਿੰਬ ਕਿੱਥੇ ਬਣੇਗਾ, ਸੈਂਟਰ ਅਤੇ ਇਨਫਿਨਿਟੀ ਦੇ ਵਿਚਕਾਰ। ਇਸੇ ਤਰ੍ਹਾਂ ਜੇਕਰ ਵਸਤੂ ਪਈ ਹੋਵੇ ਫੋਕਸ ਦੇ ਉੱਤੇ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਕਿੱਥੇ ਬਣੇਗਾ, ਇਨਫਿਨਿਟੀ ਦੇ ਉੱਤੇ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਸਾਰੇ ਕੇਸ। ਫਸਟ ਕੀ ਹੈਗਾ, ਜੇਕਰ ਵਸਤੂ ਅਨੰਤ ਦੇ ਉੱਤੇ ਹੋਵੇ ਤਾਂ ਜਿਹੜਾ ਉਹਦਾ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ ਦੇ ਉੱਤੇ। ਇੱਥੇ ਲਿਖ ਦਿੰਦੇ ਹਾਂ ਅਨੰਤ, ਅਨੰਤ 'ਤੇ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ 'ਤੇ। ਇੱਥੇ ਲਿਖ ਦਿੰਦੇ ਹਾਂ ਪ੍ਰਤੀਬਿੰਬ, ਇੱਥੇ ਸਾਈਜ਼, ਇੱਥੇ ਹੁੰਦੀ ਨੇਚਰ। ਪਹਿਲਾਂ ਕਿ ਜੇਕਰ ਵਸਤੂ ਅਨੰਤ 'ਤੇ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ 'ਤੇ। ਸਾਈਜ਼ ਕੀ ਹੋਵੇਗਾ, ਬਹੁਤ ਛੋਟਾ, ਜਿਵੇਂ ਡੋਟ ਪਾਤੀ ਮੈਂ। ਅਤੇ ਨੇਚਰ ਕੀ ਹੋਵੇਗਾ, ਵਾਸਤਵਿਕ ਅਤੇ ਉਲਟਾ। ਆ ਸਾਰਿਆਂ ਦਾ ਸੇਮ ਹੋਵੇਗਾ, ਬਸ ਸਿਕਸ ਕੇਸ 'ਤੇ ਜਿੰਨਾ ਇਹਦਾ ਅਲੱਗ ਹੋਵੇਗਾ ਉਹ ਲਾਸਟ 'ਚ ਆਪਾਂ ਕਰਾਂਗੇ। ਬਾਕੀ ਸਾਰੇ ਪੰਜ ਕੇਸਾਂ 'ਚ ਕੀ ਹੋਵੇਗਾ, ਜਿਹੜਾ ਨੇਚਰ ਹੋਵੇਗਾ ਵਾਸਤਵਿਕ ਅਤੇ ਉਲਟਾ ਹੀ ਹੋਵੇਗਾ। ਨੈਕਸਟ ਆਪਾਂ ਜੇ ਗੱਲ ਕੀਤੀ ਸੀ, ਜੇਕਰ ਵਸਤੂ ਸੈਂਟਰ ਤੋਂ ਦੂਰ ਪਈ ਹੋਵੇ, ਯਾਨੀ ਕਿ ਇਸ ਸਾਈਡ ਪਈ ਹੋਵੇ ਸੈਂਟਰ ਤੋਂ ਦੂਰ, ਤਾਂ ਕੀ ਹੈ ਜਿਹੜਾ ਉਹਦਾ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ ਅਤੇ ਸੈਂਟਰ ਦੇ ਵਿਚਕਾਰ, ਫੋਕਸ ਅਤੇ ਸੈਂਟਰ ਦੇ ਵਿਚਕਾਰ, ਐਫ ਅਤੇ ਸੀ ਦੇ ਵਿਚਕਾਰ ਉਹਦਾ ਪ੍ਰਤੀਬਿੰਬ ਬਣੇਗਾ। ਅਤੇ ਸਾਈਜ਼ ਕੀ ਹੋਵੇਗਾ, ਛੋਟਾ। ਇਸ ਤੋਂ ਕੀ ਹੁੰਦਾ, ਹੌਲੀ ਹੌਲੀ ਜਿਹੜਾ ਸਾਈਜ਼ ਉਹ ਵੱਧਦਾ ਜਾਵੇਗਾ,
ਸਾਈਡ ਸਾਈਜ਼ ਹੌਲੀ ਹੌਲੀ ਇਨਕਰੀਜ਼ ਹੁੰਦਾ ਜਾਵੇਗਾ। ਆਹ ਤੁਸੀਂ ਗੱਲ ਯਾਦ ਰੱਖਣੀ ਹੈ, ਇਨਕਰੀਜ਼ ਹੋਵੇਗਾ ਸਾਈਜ਼, ਸਾਈਜ਼ ਜਿਹੜਾ ਸਾਈਡ ਤੋਂ ਇਨਕਰੀਜ਼ ਹੁੰਦਾ ਜਾਵੇਗਾ। ਛੋਟਾ ਹੋਵੇ ਤਾਂ ਨੇਚਰ ਸੇਮ ਹੋਵੇਗਾ। ਉਸ ਤੋਂ ਬਾਅਦ ਜੇਕਰ ਸੀ ਤੇ ਪਈ ਹੋਵੇ ਤਾਂ ਕੀ ਹੈ, ਸੀ ਦੇ ਉੱਤੇ ਹੀ ਬਣੇਗਾ। ਇਸ ਵਿੱਚ ਕੀ ਹੋਏਗਾ, ਸਾਈਜ਼ ਬਰਾਬਰ ਅਤੇ ਨੇਚਰ ਸੇਮ। ਉਸ ਤੋਂ ਬਾਅਦ ਜੇਕਰ ਐਫ ਤੇ ਪਈਏ ਤਾਂ ਜਿਹੜਾ ਹੁੰਦਾ ਪਰਚੀ ਬਣੇਗਾ, ਉਹ ਬਣੇਗਾ ਇਨਫਿਨਿਟੀ ਦੇ ਉੱਤੇ, ਅਤੇ ਉਹਦਾ ਸਾਈਜ਼ ਬਹੁਤ ਵੱਡਾ ਹੋਵੇਗਾ। ਅਤੇ ਨੇਚਰ ਕੀ ਹੋਵੇਗਾ, ਵਾਸਤਵਿਕ ਅਤੇ ਉਲਟਾ। ਲਾਸਟ ਕੇਸ ਬਚਿਆ ਛੇਵਾਂ, ਇਸ ਵਿੱਚ ਕੀ ਹੁੰਦਾ, ਜੇਕਰ ਵਸਤੂ ਐਫ ਅਤੇ ਪੀ ਦੇ ਵਿਚਕਾਰ ਪਈ ਹੋਵੇ ਯਾਨੀ ਕਿ ਪੋਲ ਤੇ, ਤਾਂ ਇਹਦੇ ਵਿੱਚ ਕੀ ਹੋਏਗਾ, ਜਿਹੜਾ ਪ੍ਰਤੀਬਿੰਬ ਬਣੇਗਾ ਉਹ ਮਿਰਰ ਦੇ ਵਿੱਚ ਹੀ ਬਣ ਜਾਏਗਾ। ਸੋਰੀ, ਜਿਹੜਾ ਲਾਸਟ ਹੈਗਾ 6 ਨੰਬਰ ਕੇਸ, ਇਸ ਵਿੱਚ ਕੀ ਹੋਏਗਾ, ਜੇਕਰ ਵਸਤੂ ਫੋਕਸ ਤੇ ਪੀ ਦੇ ਵਿਚਕਾਰ ਪਈ ਹੈ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਬਣੇਗਾ ਉਹ ਇਸ ਸਾਈਡ ਬਣੇਗਾ, ਇਸ ਸਾਈਡ ਬਣੇਗਾ ਕਿ ਮਿਰਰ ਦੇ ਪਿੱਛੇ ਬਣੇਗਾ ਉਹਦਾ ਪ੍ਰਤੀਬਿੰਬ। ਤੇ ਇਸ ਵਿੱਚ ਕੀ ਕੰਡੀਸ਼ਨ ਹੋਣਗੀ, ਵਸਤੂ ਦੀ ਜਿਹੜੀ ਸਥਿਤੀ ਹੋਵੇਗੀ ਉਹ ਕੀ ਹੋਵੇਗੀ, ਫੋਕਸ ਤੇ ਸੈਂਟਰ ਦੇ ਵਿੱਚ, ਉਹਦੇ ਪੀ ਦੇ ਵਿਚਕਾਰ, ਤੇ ਜਿਹੜਾ ਪ੍ਰਤੀਬਿੰਬ ਬਣੇਗਾ ਉਹ ਦਰਪਣ ਦੇ ਪਿੱਛੇ ਹੋਵੇਗਾ। ਤੇ ਕਿਸ ਤਰ੍ਹਾਂ ਦਾ ਹੋਵੇਗਾ ਪ੍ਰਤੀਬਿੰਬ, ਤਾਂ ਇਸ ਵਿੱਚ ਜਿਹੜਾ ਪ੍ਰਤੀਬਿੰਬ ਕੀ ਬਣੇਗਾ, ਆਭਾਸੀ ਤੇ ਸਿੱਧਾ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ, ਟ੍ਰਿਕ ਕੀ ਹੈਗੀ ਸੀ, ਇਸ ਤਰ੍ਹਾਂ ਤੁਸੀਂ ਨੰਬਰਿੰਗ ਪਾ ਲੈਣੀ ਹੈ। ਆਏਗਾ ਪੋਲ, ਉਸ ਤੋਂ ਬਾਅਦ ਫੋਕਸ, ਫਿਰ ਸੈਂਟਰ, ਉਸ ਤੋਂ ਬਾਅਦ ਇਨਫਿਨਿਟੀ, ਇਨਫਿਨਿਟੀ ਤੇ 1 ਨੰਬਰ, ਤੇ ਸੈਂਟਰ ਅਤੇ ਇਨਫਿਨਿਟੀ ਦੇ ਵਿਚਕਾਰ 2 ਨੰਬਰ, ਤੇ ਸੈਂਟਰ ਤੇ ਫੋਕਸ ਦੇ ਵਿਚਕਾਰ ਜਿਹੜਾ 4 ਨੰਬਰ। ਇਸ ਤਰ੍ਹਾਂ ਤੁਸੀਂ ਨੰਬਰਿੰਗ ਕਰ ਲੈਣੀ ਹੈ 6 ਤੱਕ। ਤੇ ਉਸ ਤੋਂ ਬਾਅਦ ਐਫ ਦੇ ਹੇਠਾਂ 1, ਫਿਰ 2, ਫਿਰ 3, 4, 5, ਇਸ ਤਰ੍ਹਾਂ। ਤੇ 6 ਨੰਬਰ ਉਹ ਇਸ ਸਾਈਡ ਲਿਖ ਲੈਣਾ ਤੁਸੀਂ, ਲੈਂਜ ਤੇ ਅਗਲੀ ਸਾਈਡ ਤੁਸੀਂ ਲਿਖ ਲੈਣਾ। ਜਿਵੇਂ ਆਪਾਂ ਸਟਾਰਟ ਕਰਾਂਗੇ, ਅਨੰਤ ਤੇ ਵਸਤੂ ਪਈ ਹੈ ਤਾਂ ਜਿਹੜਾ ਕਿੱਥੇ ਬਣੇਗਾ, ਵਸਤੂ ਦਾ ਐਫ ਦੇ ਉੱਤੇ। ਫਿਰ ਸੈਂਟਰ ਜਿਹੜੀ ਅਨੰਤ ਅਤੇ ਸੈਂਟਰ ਦੇ ਵਿਚਕਾਰ ਹੈਗੀ ਹੈ ਤਾਂ ਕਿੱਥੇ ਬਣੇਗਾ, ਸੈਂਟਰ ਅਤੇ ਫੋਕਸ ਦੇ ਵਿਚਕਾਰ, ਇਸ ਤਰ੍ਹਾਂ। ਅਤੇ ਸਾਈਜ਼ ਕਿਹੜਾ ਇਨਕਰੀਜ਼ ਹੁੰਦਾ ਜਾਵੇਗਾ। ਅਤੇ ਲਾਸਟ ਕੀ ਹੈਗਾ ਸੀ, 6 ਨੰਬਰ, ਇਸ ਵਿੱਚ ਕੀ ਹੁੰਦਾ ਹੈ, ਜਿਹੜਾ ਪ੍ਰਤੀਬਿੰਬ ਬਣੇਗਾ ਉਹ ਜਿਹੜਾ ਲੈਂਜ ਦੇ ਪਿੱਛੇ ਬਣੇਗਾ, ਮਿਰਰ ਦੇ, ਸੋਰੀ, ਮਿਰਰ ਦੇ ਪਿੱਛੇ ਬਣੇਗਾ, ਦਰਪਣ ਦੇ ਪਿੱਛੇ। ਅਤੇ ਆ ਕੀ ਹੋਏਗਾ, ਆਭਾਸੀ ਅਤੇ ਸਿੱਧਾ। ਬਾਕੀ ਸਾਰੇ ਕੇਸ ਕੀ ਹੋਣਗੇ, ਵਾਸਤਵਿਕ ਅਤੇ ਉਲਟੇ। ਉਮੀਦ ਕਰਦਾ ਜੀ ਜਿਹੜੀ ਆ ਟ੍ਰਿਕ ਤੁਹਾਨੂੰ ਯਾਦ ਹੋ ਗਈ ਹੋਵੇਗੀ। 2-3 ਵਾਰ ਤੁਸੀਂ ਇਹਨੂੰ ਕਾਪੀ ਤੇ ਨੋਟ ਕਰਕੇ ਕਰ ਲਿਆ ਜੇ, ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਟ੍ਰਿਕ ਨਹੀਂ ਭੁੱਲੋਗੇ, ਤੇ ਐਗਜ਼ਾਮ ਵਿੱਚ ਇਸ ਤੋਂ 1 ਜਾਂ 2 ਕੁਸ਼ਚਨ ਜ਼ਰੂਰ ਪੁੱਛੇ ਜਾਣਗੇ। ਮਿਲਦੇ ਹਾਂ ਜੀ ਨੈਕਸਟ ਟ੍ਰਿਕ ਦੇ ਵਿੱਚ, ਉਸ ਵਿੱਚ ਆਪਾਂ ਕੀ ਕਰਾਂਗੇ, ਉੱਤਰ ਲੈਣ ਦੇ ਜਿਹੜੇ ਜਿੰਨੇ ਵੀ ਪਰਚੇ ਬੰਦੇ ਨੇ ਉਹਨਾਂ ਦੀ ਆਪਾਂ ਟ੍ਰਿਕ ਕਰਾਂਗੇ। ਉਦੋਂ ਤੱਕ ਦੇ ਲਈ ਟੇਕ ਕੇਅਰ।